ਲੋਬੀ ਸਾਥੀਓ, ਆਓ ਅਸੀਂ ਉਹ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਉਹ ਹੋਇਆ ਇਸ ਤਰ੍ਹਾਂ ਜੀ ਕਿ ਇੱਕ ਆਦਮੀ ਦੇ ਕੋਲ ਨਾ ਯਮਰਾਜ ਆਇਆ ਅਤੇ ਯਮਰਾਜ ਆ ਕੇ ਕਹਿੰਦਾ ਵੀ ਚਲੋ ਬਈ ਚਲੀਏ, ਤੁਹਾਡਾ ਟਾਈਮ ਹੋ ਗਿਆ। ਉਹ ਆਦਮੀ ਕਹਿੰਦਾ ਕਿ ਟਾਈਮ ਕਿਵੇਂ ਹੋ ਗਿਆ, ਮੈਂ ਤਾਂ ਚੰਗਾ ਭਲਾ, ਮੈਂ ਤਾਂ ਫਿੱਟ ਹੈਗਾ। ਅਤੇ ਯਮਰਾਜ ਕਹਿਣ ਲੱਗਿਆ, ਦੇਖ ਤੂੰ ਆਪਣਾ ਮੋਬਾਈਲ ਫੋਨ ਘਰ ਛੱਡ ਆਇਆ ਅਤੇ ਉਹ ਲੌਕ ਵੀ ਨਹੀਂ ਕੀਤਾ, ਅਤੇ ਤੇਰੀ ਪਤਨੀ ਇਸ ਵਕਤ ਉਹ ਸਾਰੇ ਮੈਸੇਜਿਸ ਪੜ੍ਹ ਰਹੀ ਹੈ। ਤਾਂ ਉਹ ਆਦਮੀ ਯਮਰਾਜ ਨੂੰ ਕਹਿੰਦਾ ਚੱਲ ਆ ਫਿਰ ਚਲੀਏ। ਇਸੇ ਤਰ੍ਹਾਂ ਹੀ ਨਾ ਯਮਰਾਜ ਇੱਕ ਔਰਤ ਕੋਲ ਆਇਆ ਅਤੇ ਔਰਤ ਨੂੰ ਆ ਕੇ ਕਹਿੰਦਾ ਵੀ ਤੇਰਾ ਟਾਈਮ ਹੋ ਗਿਆ ਅਤੇ ਚੱਲ ਹੁਣ। ਔਰਤ ਕਹਿੰਦੀ ਯਮਰਾਜ ਜੀ ਮੈਨੂੰ ਥੋੜ੍ਹਾ ਜਿਹਾ ਵਕਤ ਦੇ ਦਿਓ। ਅਤੇ ਯਮਰਾਜ ਕਹਿਣ ਲੱਗੇ ਕਿ ਥੋੜ੍ਹੇ ਜਿਹੇ ਵਕਤ ਹੀ, ਤੂੰ ਕੀ ਕਰ ਲਏਂਗੀ? ਉਹ ਕਹਿੰਦੀ ਨਹੀਂ ਬਸ ਮੈਂ ਆਪਣਾ ਨਾ ਸਟੈਟਸ ਅਪਡੇਟ ਕਰਨਾ। ਅਤੇ ਸਟੈਟਸ ਉਹਨੇ ਅਪਡੇਟ ਇਹ ਕੀਤਾ, ਟਰੈਵਲਿੰਗ ਟੂ ਯਮਲੋਕ ਵਿਦ ਯਮਰਾਜ ਐਂਡ ਚਿਤਰਗੁਪਤ। ਇੱਕ ਪਤਨੀ ਕਹਿੰਦੀ ਪਤੀ ਨੂੰ ਕਿ ਮੈਂ ਸੁਣਿਆ ਸਵਰਗ ਵਿੱਚ ਨਾ ਪਤੀ ਪਤਨੀ ਨੂੰ ਇਕੱਠਿਆਂ ਨਹੀਂ ਰਹਿਣ ਦਿੰਦੇ। ਤਾਂ ਪਤੀ ਕਹਿਣ ਲੱਗਿਆ ਇਸੇ ਕਰਕੇ ਤਾਂ ਉਹਨੂੰ ਸਵਰਗ ਕਹਿੰਦੇ ਨੇ। ਇੱਕ ਆਦਮੀ ਨੇ 25 ਵਾਰੀ ਬਲੱਡ ਡੋਨੇਟ ਕੀਤਾ। ਬਲੱਡ ਡੋਨੇਸ਼ਨ ਦਾ ਕੈਂਪ ਲੱਗਦਾ ਹੁੰਦਾ ਅਤੇ ਉਹਨੇ 25 ਵਾਰੀ ਬਲੱਡ ਡੋਨੇਟ ਕੀਤਾ ਅਤੇ ਜਿਹੜੇ ਔਰਗੇਨਾਈਜ਼ਰ ਸਨ ਉਹਨਾਂ ਨੇ ਕਿਹਾ ਵੀ ਇਸ ਬੰਦੇ ਦਾ ਤਾਂ ਸਨਮਾਨ ਕਰਨਾ ਚਾਹੀਦਾ। ਅਤੇ ਜਦੋਂ ਸਨਮਾਨ ਸਮਾਰੋਹ ਹੋ ਰਿਹਾ ਸੀ ਨਾ, ਤਾਂ ਉੱਥੇ ਉਹਨਾਂ ਨੇ ਪਤੀ ਦੇ ਬਜਾਏ ਪਤਨੀ ਨੂੰ ਸਨਮਾਨ ਕਰ ਦਿੱਤਾ। ਅਤੇ ਕਿਸੇ ਪੁੱਛਿਆ ਵੀ ਪਤਨੀ ਨੂੰ ਕਿਉਂ ਸਨਮਾਨ ਕੀਤਾ ਹੈ? ਤਾਂ ਉਹ ਕਹਿਣ ਲੱਗੇ ਜੀ ਕਿਉਂਕਿ ਆਪਨੇ ਨਹੀਂ ਲਿਆ, ਇਸੀ ਲਈ ਤੋ ਇਹਨਾਂ ਨੇ ਹਮੇ ਦਿਆ। ਇੱਕ ਡਾਕਟਰ ਇੱਕ ਆਦਮੀ ਨੂੰ ਪੁੱਛਦਾ ਵੀ ਤੇਰੀ ਪਤਨੀ ਦਾ ਅੱਜ ਕੀ ਹਾਲ ਹੈ? ਉਹਦੀ ਤਬੀਅਤ ਖਰਾਬ ਸੀ ਅਤੇ ਉਹ ਪੁੱਛਣ ਲੱਗਿਆ ਵੀ ਤੇਰੀ ਪਤਨੀ ਦਾ ਕੀ ਹਾਲ ਹੈ? ਕਹਿੰਦਾ ਹੁਣ ਤਾਂ ਠੀਕ ਹੈ, ਬਿਲਕੁਲ ਠੀਕ ਹੈ, ਅੱਜ ਸਵੇਰੇ ਮੇਰੇ ਨਾਲ ਲੜੀ ਵੀ ਸੀ। ਹੱਸਦੇ ਰਹੋ, ਹਸਾਉਂਦੇ ਰਹੋ, ਖੁਸ਼ ਰਹੋ, ਖੁਸ਼ਹਾਲ ਰਹੋ।